ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ 'ਤੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਹਾਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਵਾਂ ਜੀ, ਜਿਹੜੀ ਆਪਾਂ ਇਹ ਵੀਡੀਓ ਆ, ਪਹਿਲਾਂ ਤੁਸੀਂ ਥੰਬਨੇਲ 'ਤੇ ਜਿਹੜਾ ਫਰੰਟ 'ਤੇ ਫੋਟੋ ਲੱਗੀ ਸੀ ਵੀਡੀਓ, ਤੁਸੀਂ ਦੇਖ ਹੀ ਲਿਆ ਕਿ ਜਿਹੜੀ ਟਕਸਾਲੀ ਦਸਤਾਰ ਆ ਉਹਦੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ। ਅਤੇ ਸਟਾਰਟਿੰਗ ਆਪਾਂ ਕਿੱਥੋਂ ਕਰਨੀ ਹੈ, ਜਿਹੜੀ ਆਪਾਂ ਪੱਗ ਲੈ ਗਈ ਆ ਸਿਉਣ ਵਾਲੀ, ਜਿਹਦੀ ਲੈਂਥ ਹੈਗੀ 7 ਮੀਟਰ। ਆਮ ਹੀ ਆਪਣੇ ਘਰਾਂ ਦੇ ਵਿੱਚ ਆਪਣਾ 6 ਲੜਾਂ ਵਾਲੀ ਜਾਂ 5 ਲੜਾਂ ਵਾਲੀ ਪੱਗ ਬੰਨਦੇ ਹਾਂ, ਤੁਸੀਂ ਉਹ ਲੈ ਲੈਣੀ ਆ। ਰੂਬੀਆ ਵੀ ਲੈ ਸਕਦੇ ਹੋ, ਫੁੱਲਵੈਲ ਦੋਨੋਂ ਸੇਮ ਹੀ ਆ, ਬਸ ਰੂਬੀਆ ਫੁੱਲਵੈਲ ਦੇ ਵਿੱਚ ਸਾਈਜ਼ ਦਾ ਫਰਕ ਪੈ ਜੂ, ਜਿਹੜੀ ਸ਼ੇਪ ਆ ਫੁੱਲਵੈਲ 'ਚ ਛੋਟੀ ਆਊ ਅਤੇ ਰੂਬੀਆ 'ਚ ਥੋੜ੍ਹੀ ਵੱਡੀ ਆਊ। ਅਤੇ ਆਪਾਂ ਬਿਲਕੁਲ ਥੋੜ੍ਹਾ ਜਿਹਾ ਪਾਣੀ ਲਗਾਇਆ ਗਿਆ। ਇਹ ਜੋ ਟਕਸਾਲੀ ਦਸਤਾਰ ਆ, ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦੇ ਜੋ ਆਪਾਂ ਤਸਵੀਰਾਂ ਦੇਖਦੇ ਹਾਂ, ਉਹਨਾਂ ਵਿੱਚ ਉਹਨਾਂ ਦੇ ਜਿਹੜੇ ਗੋਲ ਦਸਤਾਰ ਸਜਾਈ ਹੁੰਦੀ ਆ, ਉਹਨੂੰ ਆਪਾਂ ਟਕਸਾਲੀ ਦਸਤਾਰ ਕਹਿੰਦੇ ਹਾਂ। ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜੀ, ਧੰਨਵਾਦ। ਅਤੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨਾਲ ਦਬਾ ਲਿਓ। ਅਤੇ ਜਦੋਂ ਸਟਾਰਟਿੰਗ ਕਰਨੀ ਆ, ਸਿੰਪਲ ਪੂਣੀ ਕਰ ਲੈਣੀ ਆ। ਉਸ ਤੋਂ ਬਾਅਦ ਪੂਣੀ ਨੂੰ ਪਹਿਲਾ ਲੜ ਖਿਲਾਰ ਕੇ, ਪਹਿਲਾਂ ਸਿਰ ਕਵਰ ਕਰਕੇ, ਪਹਿਲਾ ਲੜ ਇੱਕ ਰਫ ਲਗਾ ਲੈਣਾ, ਉਹਨੂੰ ਜ਼ਿਆਦਾ ਆਪਾਂ ਧਿਆਨ ਨਹੀਂ ਦੇਣਾ। ਉਹ ਇੱਕ ਸਿਰ ਦੇ ਉੱਤੇ ਜਿਹੜਾ ਲੜ ਟਿਕਾਉਣ ਲਈ ਕਿ ਆਪਣੀ ਜਿਹੜੀ ਦਸਤਾਰਾ ਢਿੱਲੀ ਨਾ ਹੋਵੇ, ਸਿੰਪਲ ਇੱਕ ਰਫ ਜਿਹੜਾ ਲੜ ਆਪਾਂ ਲਗਾ ਲੈਣਾ। ਉਸ ਤੋਂ ਬਾਅਦ ਜਿਹੜਾ ਦੂਸਰਾ ਲੜ ਲਗਾਉਣਾ, ਉਹ ਬਿਲਕੁਲ ਨੀਚੇ ਤੋਂ ਸਟਾਰਟ ਕਰਨਾ, ਜਿਵੇਂ ਆਪਾਂ ਪੱਗ ਦੇ ਵਿੱਚ ਕਰਦੇ ਹੁੰਦੇ ਹਾਂ ਸੇਮ ਕਨਸੈਪਟ ਉੱਦਾਂ ਹੀ ਆ। ਉਹੀ ਜਿਹੜੇ ਪਤਲਾ ਪਾਸਾ ਉਹ ਨੀਚੇ ਰਹੂਗਾ, ਉਹਦੇ ਆਪਾਂ ਅੱਗੇ ਜਿਹੜੇ ਬਟਨੇ ਉਹ ਬਣਾਵਾਂਗੇ, ਉੱਪਰ ਜਿਹੜਾ ਮੋਟਾ ਪਾਸਾ ਉਹ ਜਿਹੜੀ ਕਿ ਆਪਣੀ ਗਲਾਈ 'ਚ ਸ਼ੇਪ ਪਊਗਾ। ਸਾਰੇ ਨੂੰ ਪਹਿਲਾ ਲੜ ਆਪਾਂ ਰਫ ਲਗਾ ਕੇ ਦੂਸਰਾ ਲੜ ਬਿਲਕੁਲ ਨੀਚੇ ਤੋਂ ਲਗਾਉਣਾ, ਜਿਹੜੀ ਆਪਾਂ ਨੀਚੇ ਗੋਲ ਸ਼ੇਪ ਦੇਖ ਰਹੇ ਹਾਂ ਗਲਾਈ ਕੱਪੜੇ ਦੇ ਵਿੱਚ, ਉਹ ਦੇਣੀ ਆ ਇਸ ਦਸਤਾਰ ਦੇ ਵਿੱਚ, ਜਿਹੜੀ ਟਕਸਾਲੀ ਦਸਤਾਰ। ਅਗਰ ਤੁਹਾਡੇ ਤੋਂ ਜਿਹੜੀ ਨੀਚੇ ਵਾਲੀ ਸ਼ੇਪ ਆ ਗੋਲ ਨਹੀਂ ਵੀ ਦਿੱਤੀ ਜਾ ਰਹੀ, ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਗੀ, ਕਿਉਂਕਿ ਇਹ ਜਿਹੜੀ ਗੋਲ ਦਸਤਾਰ ਹੈ ਇੱਦਾਂ ਹੀ ਬਹੁਤ ਸੋਹਣੀ ਲੱਗਦੀ ਆ ਸਜਾਈ ਹੋਈ। ਅਗਰ ਤੁਹਾਡੀ ਸ਼ੇਪ ਵੀ ਵਧੀਆ ਤਰੀਕੇ ਦੇ ਨਾਲ ਨਹੀਂ ਸਜਾਈ ਹੋਈ, ਸਿੰਪਲ ਅਗਰ ਤੁਸੀਂ ਹਲਕਾ ਹਲਕਾ ਮੋੜ ਕੇ ਲਪੇਟੇ ਵੀ ਮਾਰ ਰਹੇ ਹੋ, ਤਾਂ ਵੀ ਬਹੁਤ ਜਿਹੜਾ ਜ਼ਿਆਦਾ ਸੋਹਣੀ ਲੱਗਦੀ ਆ ਇਹ ਦਸਤਾਰ। ਜਿੱਦਾਂ ਕਿ ਆਪਾਂ ਹੁਣ ਸੰਤ ਜਰਨੈਲ ਸਿੰਘ ਪਿੰਡਾਂ ਦੀ ਤਸਵੀਰ ਦੇਖਦੇ ਹਾਂ, ਉਹਨਾਂ ਵਿੱਚ ਉਹਨਾਂ ਨੇ ਜੋ ਦਸਤਾਰ ਸਜਾਉਂਦੇ ਉਹਦੀ ਸ਼ੇਪ ਅਗਰ ਦੇਖਿਆ ਜਾਵੇ, ਤਾਂ ਸ਼ੇਪ 'ਤੇ ਜ਼ਿਆਦਾ ਮਿਹਨਤ ਨਹੀਂ ਕੀਤੀ ਹੁੰਦੀ, ਬਿਲਕੁਲ ਰਫ ਰਫ ਲੜ ਲਗਾਏ ਹੁੰਦੇ ਨੇ, ਪਰ ਫਿਰ ਵੀ ਉਹ ਕਿੰਨੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਆ। ਇਹ ਤਾਂ ਤੁਹਾਨੂੰ ਜ਼ਿਆਦਾ ਉਹਦੇ ਨੀਚੇ ਗਲਾਈ 'ਤੇ ਫੋਕਸ ਕਰਨ ਦੀ ਲੋੜ ਨਹੀਂ। ਅਗਰ ਤੁਸੀਂ ਚਾਹੁੰਦੇ ਵੀ ਹੋ ਕਿ ਜਿਹੜੀ ਨੀਚਿਓਂ ਆ ਸ਼ੇਪ ਉਹਦੀ ਗਲਾਈ ਪੂਰੀ ਆਵੇ, ਤੁਸੀਂ ਸਿੰਪਲੀ ਉਹਨੂੰ ਲਗਾ ਲਓ, ਬਾਅਦ ਦੇ ਵਿੱਚੋਂ ਜਿਹੜਾ ਬਾਜ ਲੈ ਕੇ ਅਤੇ ਬਾਜ ਨਾਲ ਉਹਨੂੰ ਨੀਚਿਓਂ ਤੁਸੀਂ ਮੋੜ ਕੇ ਉਹਨੂੰ ਪੂਰੀ ਗੋਲ ਕਰ ਸਕਦੇ ਹੋ। ਕੁਝ ਵੀਰ ਕੀ ਕਰਦੇ ਆ, ਜਿੱਦਾਂ ਆਪਾਂ ਦੁਮਾਲਾ ਸਜਾਉਂਦੇ ਹਾਂ ਜਾਂ ਪੱਗ, ਜਿਹੜੇ ਪਹਿਲੇ 2 ਲੜ ਹੁੰਦੇ ਆ ਉਹ ਟ੍ਰਾਇੰਗਲ ਦੀ ਸ਼ੇਪ ਦੇ ਵਿੱਚ ਦੇ ਲੈਂਦੇ ਨੇ, ਉਸ ਤੋਂ ਬਾਅਦ ਬਾਕੀ ਲੜ ਉਹਦੇ ਉੱਪਰ ਗੋਲ ਗੋਲ ਰਾਊਂਡ ਸ਼ੇਪ ਦੇ ਵਿੱਚ ਲਗਾ ਲੈਂਦੇ ਨੇ, ਤਾਂ ਬਾਅਦ ਦੇ ਵਿੱਚੋਂ ਜਿਹੜੇ ਉਹ ਟ੍ਰਾਇੰਗਲ ਲਗਾਏ ਹੁੰਦੇ ਉਹਨਾਂ ਨੂੰ ਉੱਪਰ ਨੂੰ ਚੱਕ ਕੇ ਬਾਜ ਨਾਲ ਮੋੜ ਕੇ ਅੰਦਰ ਉਹਨਾਂ ਨੂੰ ਗੋਲ ਕਰ ਲੈਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਜਦ ਆਪਾਂ ਮੋੜ ਕੇ ਬਾਜ ਨਾਲ ਕਰਦੇ ਹਾਂ ਸ਼ੇਪ, ਅਤੇ ਜਦੋਂ ਕੱਪੜਾ ਹੁੰਦਾ ਉੱਪਰ ਮੁੜ ਜਾਂਦਾ, ਥੋੜ੍ਹਾ ਟਾਈਟ ਹੋ ਜਾਂਦਾ, ਆਪਣੇ ਮੱਥੇ ਦੇ ਨਿਸ਼ਾਨ ਪੈ ਜਾਂਦੇ ਨੇ ਥੋੜ੍ਹੇ, ਕਿਉਂਕਿ ਟਾਈਟ ਵੀ ਹੋ ਜਾਂਦਾ, ਸਿਰ ਵੀ ਦਰਦ ਕਰ ਸਕਦਾ। ਸਾਰਿਆਂ ਦੇ ਨਹੀਂ, ਕੁਝ ਵੀਰਾਂ ਨੂੰ ਇਹ ਪ੍ਰੋਬਲਮ ਆਉਂਦੀਆਂ ਨੇ,
ਸੋ ਤੁਸੀਂ ਸਿੰਪਲ ਹੀ ਅਗਰ ਪਹਿਲਾਂ ਹੀ ਉਹਨੂੰ ਸਹੀ ਤਰੀਕੇ ਨਾਲ ਲਾ ਕੇ ਰੱਖੋ ਤਾਂ ਜ਼ਿਆਦਾ ਵਧੀਆ। ਇਹ ਵਾਲੇ ਜਿਹੜਾ ਸਟਾਈਲ ਹੈ ਇਹਨੂੰ ਜਿੱਦਾਂ ਆਪਾਂ ਸਿੰਗਲ ਪੱਗ ਦੇ ਵਿੱਚ ਬੰਨਿਆ ਬੰਨਿਆ ਜਾਊਗਾ, ਪਰ ਜ਼ਿਆਦਾ ਜਿੱਦਾਂ ਵੱਡੀ ਸ਼ੇਪ ਲਿਆਉਣੀ ਆ ਤਾਂ ਉਹ ਸਿਉਣ ਵਾਲੀ ਪੱਗ ਸਭ ਨੂੰ ਜ਼ਿਆਦਾ ਵਧੀਆ, ਕਿਉਂਕਿ ਇੱਕ ਪੂਣੀ ਹੋ ਜਾਂਦੀ ਆ, ਆਪਾਂ ਨੂੰ ਆਪਣੀ ਦਸਤਾਰ ਮੈਨੇਜ ਕਰਨੀ ਬਹੁਤ ਸੌਖੀ ਹੋ ਜਾਂਦੀ ਆ, ਅਤੇ ਦੂਸਰਾ ਜਿਹੜੀ ਸਿੰਗਲ ਹੁੰਦੀ ਆ ਉਸ ਦੀ ਸ਼ੇਪ ਇੰਨੀ ਜ਼ਿਆਦਾ ਵੱਡੀ ਨਹੀਂ ਆਉਂਦੀ, ਸ਼ੇਪ ਬਣਦੀ ਵੀ ਹੈ ਨਹੀਂ ਕਿਉਂਕਿ ਕੱਪੜਾ ਸਿੰਗਲ ਹੋਣ ਕਰਕੇ ਨਾਲ ਲੱਗੀ ਜਾਂਦੀ, ਕੁਛ ਆਪਾਂ ਪਾਣੀ ਲਗਾ ਲੈਂਦੇ ਹੋਰ ਛੋਟੀ ਬਣ ਜਾਂਦੀ ਆ। ਸੋ ਥੋੜ੍ਹੀ ਫਲਮੀ ਸ਼ੇਪ ਦੇ ਲਈ ਆਪਾਂ ਜਿਹੜੀ ਇੱਕ ਪੱਗ ਆ ਸਿਉਣ ਵਾਲੀ ਆਪਾਂ ਉਹ ਵਰਤੀ ਆ, ਪੰਜ ਪਿੱਚ ਵਾਲੀ ਦਾ ਜਿਹੜੀ ਹੋਣਗੇ ਇੱਕ ਦੋ ਜਾਂ ਗੇੜ ਘੱਟ ਆ ਜਾਣਗੇ, ਅਤੇ ਸ਼ੇਪ ਥੋੜ੍ਹੀ ਛੋਟੀ ਹੋਜੂ ਛੇਲੜਾਂ ਵਾਲੀ ਦੀ ਸ਼ੇਪ ਆ ਉਹ ਤੁਸੀਂ ਤੁਹਾਡੇ ਸਾਹਮਣੇ ਆ ਕਿ ਇਹ ਫੁੱਲ ਵੈਲ ਕੱਪੜੇ ਸੀ ਐਵਰੇਜ ਸਾਈਜ਼ ਆ। ਅਗਰ ਤੁਸੀਂ ਰੂਬੀਆ ਇਹਦੇ ਵਿੱਚ ਇਹਨੂੰ ਚੇਂਜ ਕਰ ਦੋਗੇ ਕੱਪੜੇ ਨੂੰ ਤਾਂ ਸ਼ੇਪ ਥੋੜ੍ਹੀ ਵੱਡੀ ਬਣ ਜੂ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਨੀਚੋਂ ਚੱਕ ਕੇ ਹਲਕਾ ਹਲਕਾ ਉਹਨੂੰ ਉੱਪਰ ਨੂੰ ਚੱਕਤਾ, ਆਪਾਂ ਉਹਦੇ ਅਕੋਰਡਿੰਗ ਜਿਹੜੀ ਸ਼ੇਪ ਆ ਗੋਲ ਕਰਤੀ। ਅਗਰ ਬਾਜ ਦੇ ਨਾਲ ਵੀ ਕਰ ਸਕਦੇ ਹੋ ਪਰ ਉਹ ਜ਼ਿਆਦਾ ਥੋੜ੍ਹਾ ਬਹੁਤ ਹੋ ਸਕਦਾ ਕਿ ਆਪਾਂ ਉਹਨੂੰ ਉੱਪਰ ਚੱਕ ਸਹੀ ਕਰਦੇ, ਅਗਰ ਜ਼ਿਆਦਾ ਉਹਨੂੰ ਆਪਾਂ ਉੱਪਰ ਮੋੜਾਂਗੇ ਤਾਂ ਨਿਸ਼ਾਨ ਪੈ ਸਕਦੇ ਮੱਥੇ 'ਤੇ, ਚੀਗਾਂ ਪੈ ਜਾਂਦੀਆਂ ਨੇ, ਅਤੇ ਉਹ ਗੱਲਾਂ ਦਾ ਖਿਆਲ ਥੋੜ੍ਹਾ ਖਿਆਲ ਰੱਖਿਆ ਜਾਵੇ, ਅਤੇ ਜਿੱਥੋਂ ਕਿਤੇ ਢਿੱਲ ਰਹਿ ਜਾਂਦੀ ਹੈ ਵਿੱਚਾਂ 'ਚ ਜਿਹੜੇ ਆਪਾਂ ਵਲ ਪਾਏ ਨੇ, ਹਾਂ ਇਸ ਤਰੀਕੇ ਨਾਲ ਬਾਜ ਨਾ ਉਹਨਾਂ ਨੂੰ ਹਲਕਾ ਹਲਕਾ ਬਾਜ ਮਾਰ ਦੇਣਾ ਬਾਅਦ ਦੇ ਵਿੱਚੋਂ ਕਿ ਉਹ ਜਿਹੜੇ ਬੱਟ ਨੇ ਮਿਕਸਅਪ ਹੋ ਜਾਣ, ਅਤੇ ਜਿੱਥੇ ਕਿਤੇ ਕੋਈ ਢਿੱਲਾ ਲੜ ਲੱਗਦਾ ਅਤੇ ਉਹ ਸਹੀ ਹੋ ਜਾਵੇ। ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਜਿਹੜੀ ਆ ਟਕਸਾਲੀ ਦਸਾਰ ਦੀ ਪਹਿਲਾਂ ਵੀਡੀਓ ਪਾਈ ਆ, ਬਹੁਤ ਰਿਸਪੋਂਸ ਦਿੱਤਾ ਉਹਨਾਂ ਨੂੰ, ਸਾਰੇ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵੀਡੀਓ ਦੇਖੀ ਆ, ਅਤੇ ਨੈਕਸਟ ਵੀਡੀਓ ਪਾਉਣ ਨੂੰ ਕਹਿੰਦੇ ਸੀਗੇ ਕਿ ਇਸ ਟੋਪਿਕ 'ਤੇ ਆਵੇ, ਤਾਂ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ। ਅਤੇ ਜਿੰਨੇ ਵੀਰ ਵੀਡੀਓ ਦੇਖਦੇ ਹੁੰਦੇ ਆ ਜੀ, ਵੀਡੀਓ ਦੇਖਣ ਤੋਂ ਬਾਅਦ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਵੀਡੀਓ ਦੇਖਣ ਦੇ ਨਾਲ ਉੰਨੀ ਗੱਲ ਨਹੀਂ ਬਣਦੀ, ਜਿੰਨਾ ਆਪਾਂ ਉਹਨੂੰ ਬੰਨ ਕੇ ਦੇ ਪ੍ਰੈਕਟਿਸ ਕਰਦੇ ਹਾਂ ਉੰਨੀ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਹੁੰਦੀ ਆ। ਜੋ ਵੀ ਆਪਾਂ ਨੂੰ ਪ੍ਰੋਬਲਮ ਹੁੰਦੀਆਂ ਨੇ ਆਪਾਂ ਨੂੰ ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ ਉਦੋਂ ਸਾਹਮਣੇ ਆਉਂਦੀਆਂ ਨੇ, ਆਪਾਂ ਓਬਜ਼ਰਵ ਕਰਦੇ ਹਾਂ ਉਹਨਾਂ ਨੂੰ, ਉਦੋਂ ਹੀ ਇੰਪਰੂਵਮੈਂਟ ਹੁੰਦੀ ਆ। ਸੋ ਵੀਡੀਓ ਤੋਂ ਬਾਅਦ ਪ੍ਰੈਕਟਿਸ ਜ਼ਰੂਰ ਕਰਿਆ ਕਰੋ, ਬਾਕੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ, ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਜੋ ਵੀਰ ਵੀਡੀਓ ਹਰ ਇੱਕ ਵੀਡੀਓ ਸ਼ੇਅਰ ਕਰਦਾ ਜੀ ਉਹਨਾਂ ਦਾ ਸਪੈਸ਼ਲੀ ਬਹੁਤ ਬਹੁਤ ਧੰਨਵਾਦ ਆ, ਅਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਧੰਨਵਾਦ ਜੀ। ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਬੈਲ ਆਈਕਨ ਜ਼ਰੂਰ ਦਬਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ